ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ ਇੱਕ ਵਾਰ ਫਿਰ ਤੋਂ। ਅਤੇ ਹੋਪ ਕਰਦਾ ਯਾਰ ਸਾਰੇ ਠੀਕ ਠਾਕ ਹੋ। ਬਿਲਕੁਲ ਰੋਜ਼ ਦੀ ਵਾਂਗ ਆਪਾਂ ਇੱਕ ਵਾਰ ਫਿਰ ਤੋਂ ਉੱਠ ਕੇ ਅਰਲੀ ਮੋਰਨਿੰਗ ਰੈਡੀ ਹੋ ਗਏ ਹਾਂ। ਅਤੇ ਅੱਜ ਆਪਾਂ ਰੈਡੀ ਹੋਏ ਹਾਂ ਅਤੇ ਅੱਜ ਆਪਾਂ ਜਾਵਾਂਗੇ ਯਾਰ ਨਾਨਕ ਝੀਰਾ ਸਾਹਿਬ। ਅੱਜ ਦੇ ਦਿਨ ਆਪਣਾ ਸਭ ਤੋਂ ਲੰਬਾ ਸਫ਼ਰ ਹੈ ਯਾਰ ਇੱਥੇ, ਜੋ ਕਿ ਰਾਊਂਡ ਫਿਗਰ 300 ਕਿਲੋਮੀਟਰ ਅਸੀਂ ਸਫ਼ਰ ਕਰਨਾ ਹੈ ਅੱਜ ਦੇ ਦਿਨ ਦੇ ਕਰਕੇ ਆਪਾਂ ਛੇਤੀ ਉੱਠੇ ਹਾਂ। ਹੁਣ ਟਾਈਮ 6 ਵੱਜ ਰਿਹਾ ਆ ਅਤੇ ਬਸ ਥੋੜ੍ਹੀ ਦੇਰ ਤੱਕ ਆਪਾਂ ਤੁਰ। ਅਤੇ ਅੱਜ ਆਪਣੀ ਇੱਥੇ 3ਜੀ ਮੋਰਨਿੰਗ ਹੈ ਯਾਰ, ਅਤੇ ਬਹੁਤ ਵਧੀਆ ਫੀਲ ਹੋ ਰਿਹਾ ਇਸ ਟਾਈਮ ਉੱਠ ਕੇ, ਕਿਉਂਕਿ ਘਰ ਤਾਂ ਕਦੀ ਇੰਨੀ ਜਲਦੀ ਅਰਲੀ ਮੋਰਨਿੰਗ ਉੱਠੇ ਨਹੀਂ ਆਪਾਂ, ਸੋ ਇੱਥੇ ਉੱਠਣਾ ਪੈਂਦਾ ਅਤੇ ਵਧੀਆ ਲੱਗਦਾ। ਹਾਂਜੀ, ਅਤੇ ਆਪਣੇ ਘਰ ਦੇ ਗਏ ਆ ਜੀ, ਉੱਧਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਪਾਂ ਟੇਕ ਆਏ। ਫਿਰ ਆਪਾਂ ਟਰੈਵਲਰ ਗੱਡੀ ਕਰਵਾਈ ਆ, ਤੁਹਾਨੂੰ ਦਿਖਾਉਂਦੇ ਹਾਂ। ਅਤੇ ਬਸ ਹੁਣੇ ਥੋੜ੍ਹੀ ਦੇਰ ਤੱਕ ਇਕੱਠੇ ਹੋਣਾ ਸਾਰਿਆਂ ਨੇ, ਫਿਰ ਆਪਾਂ ਬੈਠਾਂਗੇ ਅਤੇ ਜਾਵਾਂਗੇ। ਅੱਜ ਦਾ ਸਫ਼ਰ ਬਹੁਤ ਲੰਮਾ ਹੈ ਜੀ ਆਪਣਾ, ਅਤੇ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ। ਤਕਰੀਬਨ 4 ਤੋਂ 5 ਘੰਟੇ ਦਾ ਸਫ਼ਰ ਹੈ ਜੀ ਅੱਜ ਆਪਣਾ। ਅੱਜ ਫਿਰ ਤੋਂ ਬਹੁਤ ਥਕਾਵਟ ਹੋਣ ਵਾਲੀ ਹੈ ਆਪਾਂ ਨੂੰ, ਕਿਉਂਕਿ ਸਫ਼ਰ ਲੰਮਾ ਆ। ਅਤੇ ਜਿੱਦਾਂ ਵੀ ਆ, ਚਲੋ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਵਾਂਗੇ। 2 ਕਿ 3 ਗੁਰਦੁਆਰਾ ਸਾਹਿਬ ਆਪਾਂ ਅੱਜ ਘੁੰਮਣੇ ਆ, ਦਰਸ਼ਨ ਕਰਨੇ। ਅਤੇ ਬਾਕੀ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ, ਅਜੇ ਪੂਰਾ ਦਿਨ ਤਾਂ ਚੜ੍ਹਿਆ ਨਹੀਂ ਆ, ਅਜੇ ਹਨੇਰਾ ਹੈਗਾ ਆ। ਅਤੇ ਯਾਰ ਸੱਚੀ ਉੱਠਣ ਨੂੰ ਬਿਲਕੁਲ ਜੀ ਨਹੀਂ ਕਰ ਰਿਹਾ, ਅਤੇ ਮਹਾਂ ਹੀ ਘਰਦਿਆਂ ਨੇ ਲੱਤਾਂ ਲੁੱਤਾਂ ਮਾਰ ਕੇ ਉਠਾਇਆ ਹੈ ਆਪਾਂ ਨੂੰ, ਗਜਬ ਬੇਇੱਜ਼ਤੀ ਹੈ। ਅਤੇ ਬਸ ਉਸ ਤੋਂ ਬਾਅਦ ਆਪਾਂ ਰੈਡੀ ਹੋ ਗਏ ਹਾਂ ਸਭ ਤੋਂ ਲੇਟ। ਫਿਰ ਹਰ ਵਾਰ ਦੀ ਤਰ੍ਹਾਂ ਮੈਂ ਹੀ ਰੈਡੀ ਹੋਇਆ ਹਾਂ, ਅਤੇ ਲਾਸਟ ਵੀ ਮੈਂ ਹੀ ਆਇਆ ਥੱਲੇ, ਕਿਉਂਕਿ ਉਹਦਾ ਪਤਾ ਨਹੀਂ ਕਿੱਥੇ, ਮੈਂ ਕਾਲ ਨਹੀਂ ਕੀਤੀ। ਅਤੇ ਬਾਕੀ ਮੈਨੂੰ ਪਾਪਾ ਦਿਖੇ ਇੱਥੇ, ਅਤੇ ਗੱਡੀ ਲਾ ਕੇ ਖੜ੍ਹੇ ਸੀ, ਅਤੇ ਗੱਡੀ ਬਸ ਆਪਣੀ ਸੰਗਤ ਬੈਠਦੀ ਹੈ ਅਤੇ ਆਪਾਂ ਵੀ ਬੈਠਾਂਗੇ ਨਾਲ। ਹਾਂਜੀ, ਅਤੇ ਹਰ ਸਵੇਰ ਦੇ ਵਾਂਗ ਇੱਥੇ ਫਿਰ ਤੋਂ ਰੌਣਕ ਹੋ ਗਈ ਹੈ, ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ। ਸਾਰੇ ਜਾਣੇ ਲੰਗਰ ਛਕਣ ਜਾ ਰਹੇ ਆ, ਅਤੇ ਬਹੁਤ ਵਧੀਆ ਲੱਗ ਰਿਹਾ ਆ। ਆ ਇੱਧਰ ਰੈਸਟੋਰੈਂਟ ਦੇ ਢਾਬੇ ਵੀ ਓਪਨ ਹੋ ਚੁੱਕੇ ਆ, ਅਤੇ ਯਾਰ ਮੌਸਮ ਅੱਜ ਫਿਰ ਬਹੁਤ ਵਧੀਆ ਆ, ਹਵਾ ਠੰਡੀ ਠੰਡੀ ਚੱਲ ਰਹੀ ਆ। ਅਤੇ ਹੋਪ ਕਰਦਾ ਕਿ ਅੱਜ ਗਰਮੀ ਨਾ ਹੋਵੇ ਯਾਰ, ਕਿਉਂਕਿ ਦੁਪਹਿਰੇ ਜਿਹੜੀ ਗਰਮੀ ਹੋ ਜਾਂਦੀ ਆ ਉਹਨਾਂ ਥੋੜ੍ਹਾ ਕੰਮ ਖਰਾਬ ਹੁੰਦਾ ਆ, ਬਾਕੀ ਇਹ ਮੌਸਮ ਰਹੇ ਤਾਂ ਬਹੁਤ ਹੀ ਵਧੀਆ। ਅਤੇ ਲਓ ਜੀ, ਤੁਹਾਡੇ ਨਾਲ ਗੱਲਾਂ ਮਾਰਦਾ ਮੈਂ ਤੁਰਦਾ ਤੁਰਦਾ ਗੋਦਾਵਰੀ ਨਦੀ ਲਾਗੇ ਆ ਗਿਆ। ਅਤੇ ਯਾਰ ਇਸ ਟਾਈਮ ਜਿਹੜਾ ਵਿਊ ਆ ਗੋਦਾਵਰੀ ਨਦੀ ਦਾ ਮੈਂ ਤੁਹਾਨੂੰ ਦਿਖਾਉਂਦਾ ਹਾਂ, ਬਹੁਤ ਹੀ ਸ਼ਾਨਦਾਰ। ਅਤੇ ਲਓ ਯਾਰ, ਆ ਆ ਜੀ ਬਿਲਕੁਲ ਅਰਲੀ ਮੋਰਨਿੰਗ ਦਾ ਵਿਊ ਇੱਥੇ, ਜੋ ਕਿ ਬਹੁਤ ਹੀ ਘੈਂਟ ਹੈ ਯਾਰ। ਯਾਰ ਆਪਾਂ ਇੱਥੇ ਰਾਤੀ ਵੀ ਆਏ ਹਾਂ, ਬਟ ਰਾਤੀ ਨਾ ਥੋੜ੍ਹਾ ਹਨੇਰਾ ਹੋਣ ਕਰਕੇ ਬਾਬਾ ਜੀ ਨੇ ਅੱਗੇ ਜਾਣ ਨਹੀਂ ਦਿੱਤਾ। ਅਤੇ ਹੁਣ ਉਹ ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛੇ, ਉਹ ਵੀਰ ਖੜ੍ਹੇ ਅੱਗੇ ਜਾ ਕੇ, ਬਟ ਆਪਾਂ ਨਹੀਂ ਜਾਣਾ ਯਾਰ, ਕਿਉਂਕਿ ਆਪਣੇ ਕੋਲ ਟਾਈਮ ਥੋੜ੍ਹਾ ਆ। ਮੈਂ ਤਾਂ ਤੁਰਦਾ ਤੁਰਦਾ ਇੱਥੇ ਆ ਗਿਆ, ਅਤੇ ਹੁਣ ਮੈਂ ਫਿਰ ਵਾਪਸ ਜਾਵਾਂ ਗੱਡੀ, ਫਿਰ ਬਹੁਤ ਲੰਮਾ ਆ। ਸੋ ਜਿੰਨੀ ਜਲਦੀ ਜਾਵਾਂਗੇ ਉੱਨੀ ਜਲਦੀ ਵਾਪਸ ਆਉਣ ਵਾਲੇ ਬਣਾਂਗੇ। ਪਤਾ ਨਹੀਂ ਹੁਣ ਕਿੰਨੇ ਗੁਰਦੁਆਰਾ ਸਾਹਿਬ ਹੈ, 3 ਜਾਂ 4 ਆ, ਜਿੱਦਾਂ ਵੀ ਆ ਤੁਹਾਨੂੰ ਨਾਲ ਦੀ ਨਾਲ ਦਰਸ਼ਨ ਕਰਵਾਵਾਂਗੇ। ਲਓ ਜੀ, ਬੰਦੇ ਆਪਣੇ ਪੂਰੇ ਆ, ਆ ਮੇਰੇ ਮਗਰ ਡਰਾਈਵਰ ਸਾਹਿਬ, ਅਤੇ ਆਪਾਂ ਤੁਹਾਨੂੰ ਗੱਡੀ ਦੇ ਵਿੱਚ ਬੈਠ ਕੇ ਮਿਲਦੇ ਹਾਂ, ਅਤੇ ਦੇਖਦੇ ਹਾਂ ਕਿਹੜਾ ਗੁਰਦੁਆਰਾ ਸਾਹਿਬ। ਯਾਰ ਕੁਝ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਆ, ਜੋ ਕਿ ਮੇਰਾ ਐਕਸਪੀਰੀਅੰਸ ਆ। ਅਤੇ ਯਾਰ ਜਦੋਂ ਵੀ ਕੋਈ ਆਪਣੇ ਵਰਗਾ ਕੋਈ, ਮਤਲਬ ਕਿ ਜਿੱਦਾਂ ਆਪਾਂ ਸ਼ਹਿਰੀ ਏਰੀਏ 'ਚ ਹੁੰਦੇ ਹਾਂ, ਇਹ ਤਾਂ ਚਲੋ ਆਪਣਾ ਏਰੀਆ ਹੈਗਾ ਥੋੜ੍ਹਾ ਪਹਾੜੀ, ਅਤੇ ਨਾਲੇ ਸੋਹਣਾ ਬਣਿਆ ਆ ਇੱਥੇ, ਹਰਿਆਲੀ ਬਹੁਤ ਆ, ਅਤੇ ਯਾਰ ਬਹੁਤ ਹੀ ਵਧੀਆ ਲੱਗਦਾ ਆ। ਇੱਕ ਵਾਰ ਤੁਸੀਂ ਆਪਣੀ ਫੈਮਿਲੀ ਨਾਲ ਜ਼ਰੂਰ ਆਓ ਯਾਰ ਦਰਸ਼ਨ ਕਰਨ, ਅਤੇ ਹਫ਼ਤਾ ਚਾਹੀਦਾ ਹੀ ਆ ਘੁੰਮਣ ਨੂੰ। ਅਤੇ ਸੋ ਬਹੁਤ ਵਧੀਆ ਲੱਗਦਾ ਘੁੰਮ ਕੇ, ਸਾਰੇ ਜਾਣੇ ਜ਼ਰੂਰ ਆਓ ਇੱਕ ਵਾਰੀ। ਅਤੇ ਆਹ ਲੱਗੀ ਆ ਜੀ ਆਪਣੀ ਟਰੈਵਲਰ, ਅਤੇ ਹੁਣ ਬੈਠਾਂਗੇ ਦੇ ਵਿੱਚ ਬੈਠ ਕੇ। ਤਾਂ ਹਾਂਜੀ, ਅਤੇ ਲਓ ਜੀ, ਅੱਜ ਦੇ ਦਿਨ ਦਾ ਆਪਣਾ ਪਹਿਲਾ ਗੁਰਦੁਆਰਾ ਸਾਹਿਬ, ਅਤੇ ਸਾਰੇ ਉੱਤਰ ਚੁੱਕੇ ਹਾਂ। ਅਤੇ ਯਾਰ ਆਹ ਦੇਖੋ ਮੇਰੇ ਪਿੱਛੇ ਸਾਰੀਆਂ ਗੱਡੀਆਂ ਹੀ ਗੱਡੀਆਂ, ਇਹ 'ਤੇ ਫੁੱਲ ਰੌਣਕਾਂ ਲੱਗੀਆਂ ਪਈਆਂ ਨੇ ਗੁਰਦੁਆਰਾ ਸਾਹਿਬ। ਅਤੇ ਯਾਰ ਇੱਥੇ ਇੱਕ ਚੀਜ਼ ਹੋਰ ਹੈਗੀ ਆ ਤੁਹਾਨੂੰ ਦਿਖਾਉਣ ਵਾਲੀ, ਜੋ ਕਿ ਬਹੁਤ ਵਧੀਆ ਆ, ਅਤੇ ਉਹ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਮੇਰੇ ਪਿੱਛੇ ਦੇਖੋ ਯਾਰ, ਯਾਰ ਐਰੋਪਲੇਨ ਬਣਿਆ ਹੋਇਆ ਸੀਮਿੰਟ ਦਾ ਛੱਤ ਦੇ ਉੱਤੇ, ਅਤੇ ਆਪਾਂ ਪਹਿਲਾਂ ਦਰਸ਼ਨ ਕਰਾਂਗੇ ਅਤੇ ਫਿਰ ਉੱਥੇ ਜਾਵਾਂਗੇ, ਤੁਹਾਨੂੰ ਦਿਖਾਉਂਦੇ ਹਾਂ ਕੀ ਚੀਜ਼ ਕੀ ਬਣੀ।
ਹਾਂਜੀ, ਅਤੇ ਲੰਗਰ ਛਕਣ ਤੋਂ ਬਾਅਦ ਆਪਾਂ ਛੱਤ 'ਤੇ ਆ ਗਏ ਹਾਂ, ਅਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਹਾਜ਼, ਅਤੇ ਦੇਖਦੇ ਹਾਂ ਉੱਪਰ ਜਾਇਆ। ਅਤੇ ਆਹ ਦੇਖੋ ਯਾਰ, ਜਹਾਜ਼ ਕਿੰਨਾ ਤਗੜਾ ਬਣਿਆ ਹੈ, ਸਾਰਾ ਹੀ ਸੀਮਿੰਟ ਦਾ ਬਣਿਆ ਆ। ਅਤੇ ਉੱਥੋਂ ਦੇਖੋ ਇਹਦੇ ਉੱਪਰ ਚੜ੍ਹਦੇ ਆ ਜਹਾਜ਼ ਦੇ, ਅਤੇ ਅੰਦਰ ਸੀਟਾਂ ਬਣੀਆਂ, ਅੰਦਰੋਂ ਵੀ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਆਪਾਂ। ਬਾਕੀ ਵਿਊ ਦੇਖੋ ਯਾਰ ਗੁਰਦੁਆਰਾ ਸਾਹਿਬ ਦਾ, ਬਹੁਤ ਹੀ ਜ਼ਿਆਦਾ ਸੋਹਣਾ ਵਿਊ ਆ, ਐ ਹਰਿਆਲੀ ਬਿਲਕੁਲ ਇੱਥੇ ਵੀ। ਕੁਝ ਇਸ ਤਰ੍ਹਾਂ ਜਹਾਜ਼ ਅੰਦਰੋਂ ਆਪਣਾ, ਅਤੇ ਇੱਦਾਂ ਸੀਟਾਂ ਬਣੀਆਂ ਆ ਬੈਠਣ ਨੂੰ। ਆਹ ਦੇਖੋ ਯਾਰ, ਵਿੱਚ ਇਤਿਹਾਸਿਕ ਫੋਟੋਆਂ ਵੀ ਲੱਗੀਆਂ ਆ, ਉਹ ਵੀ ਦਿਖਾਉਂਦੇ। ਇੱਥੋਂ ਵੀ ਦੇਖ ਲਓ ਯਾਰ, ਲਾਗੋਂ ਫੁੱਲ ਦੇਖਦਾ ਆ ਜਹਾਜ਼। ਅਤੇ ਲਓ ਜੀ, ਆਪਾਂ ਜਹਾਜ਼ ਦੇਖ ਲਿਆ, ਅਤੇ ਬਹੁਤ ਹੀ ਸੋਹਣੀ ਚੀਜ਼ ਬਣਾਈਆਂ ਯਾਰ, ਜਿੰਨੇ ਵੀ ਬਣਾਈਆਂ ਜਾਂ ਬਣਵਾਈਆਂ। ਆਹ ਦੇਖੋ ਯਾਰ ਪਿੱਛੇ, ਬਹੁਤ ਵਧੀਆ ਲੱਗਾ ਯਾਰ ਦੇਖ। ਇਹੋ ਹੀ ਗੱਲ ਹੋਈ ਯਾਰ, ਫਿਰ ਗਰਮੀ ਹੋ ਗਈ, ਧੁੱਪ ਨਿਕਲ ਆਈ, ਫਿਰ ਚਲੋ ਕੋਈ ਨਾ ਯਾਰ। ਆਪਣਾ ਨਾਨਕ ਝੀਰੇ ਸਾਹਿਬ ਦਾ ਪੂਰਾ ਸਫ਼ਰ ਹੈਗਾ ਆ 180 ਕਿਲੋਮੀਟਰ ਦਾ, ਜਿਸ ਦੇ ਵਿੱਚੋਂ ਆਪਾਂ ਜੇ 80 ਕਿਲੋਮੀਟਰ ਕੀਤਾ ਆ, ਅਤੇ 100 ਕਿਲੋਮੀਟਰ ਜੇ ਪਿਆ ਆ ਆਪਣਾ, ਅਤੇ ਇੱਥੋਂ ਆਪਾਂ ਲੰਗਰ ਪਾਣੀ ਛਕਿਆ ਆ, ਬਹੁਤ ਹੀ ਵਧੀਆ ਲੱਗਾ। ਅਤੇ ਆਹ ਤੁਸੀਂ ਮੇਰੇ ਮਗਰ ਜਹਾਜ਼ ਦੇ ਸਕਦੇ ਹੋ ਯਾਰ, ਬਹੁਤ ਹੀ ਵਧੀਆ ਚੀਜ਼ ਬਣਾਈ ਆ। ਅਤੇ ਚਲੋ ਹੁਣ ਆਪਾਂ ਇੱਥੋਂ ਚੱਲਦੇ ਹਾਂ, ਅਤੇ ਤੁਹਾਨੂੰ ਅਗਲੇ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਹਾਂ ਆਪਾਂ। A few moments later. ਲਓ ਜੀ, ਇੱਕ ਹੋਰ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ, ਅਤੇ ਜਿਸਦਾ ਨਾਮ ਹੈ ਜੀ ਮਾਤਾ ਭਾਗ ਕੌਰ ਨਿਵਾਸ। ਅਤੇ ਆ ਮੇਰੇ ਪਿੱਛੇ ਦੇਖ ਸਕਦੇ ਹੋ ਯਾਰ ਤੁਸੀਂ, ਬਹੁਤ ਹੀ ਸੋਹਣਾ ਬਣਿਆ ਗੁਰਦੁਆਰਾ ਸਾਹਿਬ। ਅਤੇ ਚਲੋ ਅੰਦਰ ਚੱਲਦੇ ਹਾਂ, ਦਰਸ਼ਨ ਕਰਵਾਉਂਦੇ ਹਾਂ ਤੁਹਾਨੂੰ ਵੀ। ਹਾਂਜੀ, ਅਤੇ ਚਾਹ ਪਾਣੀ ਆਪਾਂ ਇੱਥੋਂ ਛਕ ਲਿਆ ਆ, ਅਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ। ਅਤੇ ਵਲੋਗ ਨੰਬਰ 4 ਮੈਂ ਅਪਲੋਡ ਕਰਤਾ, ਜਿਹਨੇ ਨਹੀਂ ਵੇਖਿਆ ਇੱਕ ਵਾਰ ਜ਼ਰੂਰ ਵੇਖੋ ਜਾ ਕੇ। ਅਤੇ ਬਾਕੀ ਇੱਥੋਂ ਚੱਲੇ ਹਾਂ ਆਪਾਂ ਅਗਲੇ ਗੁਰਦੁਆਰੇ ਸਾਹਿਬ, ਅਤੇ ਉੱਥੇ ਮਿਲਦੇ ਹਾਂ ਤੁਹਾਨੂੰ ਜਾ। ਹਾਂਜੀ, ਅਤੇ ਫਾਈਨਲੀ ਅੱਜ ਦੀ ਮੰਜ਼ਿਲ 'ਤੇ ਅਸੀਂ ਪਹੁੰਚ ਚੁੱਕੇ ਹਾਂ ਯਾਰ। 5 ਵਜੇ ਉੱਠੇ, 7 ਵਜੇ ਉੱਥੋਂ ਤੁਰੇ, ਅਤੇ 12 ਵਜੇ ਬਿਲਕੁਲ ਅਸੀਂ ਇੱਥੇ ਪਹੁੰਚੇ ਹਾਂ। 5 ਘੰਟੇ ਦਾ ਰਸਤਾ ਸੀ, ਥਕਾਵਟ ਵੀ ਹੋਈ, ਪਰ ਆਪਾਂ ਸਟੇਅ ਵੀ ਕੀਤੀ 1-2 ਜਗ੍ਹਾ 'ਤੇ। ਅਤੇ ਆਹ ਗੁਰਦੁਆਰਾ ਬਹੁਤ ਹੀ ਵੱਡਾ ਆ ਯਾਰ, ਆ ਮੇਰੇ ਤੁਸੀਂ ਪਿੱਛੇ ਦੇਖ ਸਕਦੇ ਜੇ, ਅਤੇ ਬਹੁਤ ਹੀ ਸੋਹਣਾ ਬਣਿਆ ਗੁਰਦੁਆਰਾ ਸਾਹਿਬ। ਇਸ ਦਾ ਨਾਮ ਹੈ ਜੀ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਝੀਰਾ ਸਾਹਿਬ। ਅਤੇ ਹੁਣ ਆਪਾਂ ਇੱਥੇ ਲੰਗਰ ਪ੍ਰਸ਼ਾਦਾ ਛਕਾਂਗੇ, ਇਸ਼ਨਾਨ ਕਰਾਂਗੇ, ਅਤੇ ਯਾਰ ਆਸੇ ਪਾਸੇ ਪਹਾੜੀਆਂ ਹੀ ਪਹਾੜੀਆਂ, ਬਹੁਤ ਸੋਹਣਾ ਵਿਊ ਆ, ਅਤੇ ਤੁਹਾਨੂੰ ਹੁਣੇ ਮੈਂ ਚੈੱਕ ਕਰਵਾਵਾਂਗਾ। ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ, ਕੀ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ, ਪੀਰਾਂ ਦਾ ਮਹਾਪੀਰ ਤੂੰ ਹੈ, ਫਕਰ ਅਵਲ ਫਕੀਰ ਤੂੰ ਹੈ, ਹਾਸਾ ਵੀ ਤੂੰ ਵੀਰ ਤੂੰ ਹੈ, ਰੂਹ ਦਾ ਅਸਲ ਸਰੀਰ ਤੂੰ ਹੈ, ਸਭ ਪਹਿਣਾ ਦਾ ਵੀਰ।
ਪੀਰ ਤੂੰ ਹੈ, ਸ਼ੁਰੂ ਵੀ ਤੂੰ ਅਖੀਰ ਤੂੰ ਹੈ। ਸਾਰੇ ਛੱਤੇ ਤੇਰੇ, ਵਾਹ ਗੁਰੂ ਵਾਹ 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 ਵਾਹ ਗੁਰੂ। ਤੇਰੇ ਪੱਤੇ ਤੇਰੇ, ਮਹਿਲੇ ਸਾਰੇ ਛੱਤੇ ਤੇਰੇ, Two thousand years later. ਹਾਂਜੀ ਜੀ, ਆਪਾਂ ਜਸਟ ਇੱਕ ਘੰਟੇ ਪਹਿਲਾਂ ਹੀ ਕਮਰੇ ਦੇ ਵਿੱਚ ਆਏ ਸੀ ਤੇ ਹੁਣ ਦੁਬਾਰਾ ਆਪਾਂ ਪਰਨਾ ਬੰਨ ਕੇ ਰੈਡੀ ਹੋ ਗਏ ਹਾਂ ਤੇ ਹੁਣ ਆਪਾਂ ਚੱਲੇ ਹਾਂ ਮਾਰਕੀਟ ਦੇ ਘੁੰਮਣ, ਕਿਉਂਕਿ ਆਪਣੇ ਕੋਲ ਸਿਰਫ ਅੱਜ ਦੀ ਰਾਤ ਹੈ ਤੇ ਕੱਲ੍ਹ ਦਾ ਦਿਨ ਹੈ ਬਸ, ਪਰਸੋਂ ਆਪਣੀ ਟ੍ਰੇਨ ਹੈ, ਆਪਾਂ ਚਲੇ ਜਾਣਾ ਆ। ਅਤੇ ਯਾਰ ਦੱਸਿਓ ਤੁਹਾਨੂੰ ਵਲੋਗ ਕਿੱਦਾਂ ਦਾ ਲੱਗਾ, ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਯਾਰ, ਵਲੋਗ ਨੂੰ ਲਾਈਕ ਕਰਨਾ ਨਾ ਭੁੱਲਿਓ। ਅਤੇ ਯਾਰ ਮੈਂ ਦੇਖਦਾ ਹਾਂ ਵਿਊ ਤਾਂ ਮੈਨੂੰ ਚਲੋ ਕਿਰਪਾ 100-150 ਚਲੀ ਜਾਂਦਾ ਆ। ਓ ਮਾਈ ਗਾਡ, ਵਾਓ। ਅਤੇ ਸਬਸਕ੍ਰਾਈਬ ਵੀ ਕਰੋ ਯਾਰ ਚੈਨਲ ਨੂੰ ਨਾਲ ਨਾਲ, ਤੁਸੀਂ ਵੀਡੀਓ ਦੇਖ ਕੇ ਭੱਜ ਜਾਂਦੇ ਹੋ, ਇੱਦਾਂ ਨਾ ਕਰੋ ਕਿਉਂਕਿ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ। ਹਾਂਜੀ ਤੇ ਯਾਰ ਗੁਰਦੁਆਰਾ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਹੈ ਉਹ ਨਾਨਕ ਚੀਰਾ ਸਾਹਿਬ। ਇੱਥੋਂ ਸ਼੍ਰੀ ਹਜ਼ੂਰ ਸਾਹਿਬ ਤੋਂ ਉਹ 180-187 ਕਿਲੋਮੀਟਰ ਦੂਰ ਹੈ ਅਤੇ ਆਪਾਂ ਨੂੰ ਬਿਲਕੁਲ ਟੋਟਲੀ ਇੱਕ ਦਿਨ ਚਾਹੀਦਾ ਹੁੰਦਾ ਉੱਥੇ ਦਰਸ਼ਨ ਕਰਨ ਵਾਸਤੇ, ਜ਼ਰੂਰ ਕੱਢੋ ਜਦੋਂ ਵੀ ਆਓ ਟਾਈਮ। ਅਤੇ ਯਾਰ ਜੇ ਤੁਸੀਂ ਉੱਥੇ ਨਹੀਂ ਨਾ ਗਏ ਹਜ਼ੂਰ ਸਾਹਿਬ ਆ ਕੇ ਤਾਂ ਫਿਰ ਤੁਹਾਡਾ ਆਉਣ ਦਾ ਕੋਈ ਫਾਇਦਾ ਨਹੀਂ ਆ, ਮੈਂ ਆਪਣਾ ਐਕਸਪੀਰੀਅੰਸ ਕਹਿ ਰਿਹਾ ਕੋਈ ਫਾਇਦਾ ਨਹੀਂ। ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਹੈ ਉਹ, ਦਰਸ਼ਨ ਕਰੋ, ਬਹੁਤ ਹੀ ਸਕੂਨ ਭਰਿਆ ਉਹ, ਬਹੁਤ ਹੀ ਸੋਹਣਾ ਬਣਿਆ ਆ। ਕਿ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਲਾਈਕ ਕਰੋ, ਸ਼ੇਅਰ ਵੀ ਕਰੋ, ਜੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਤਾਂ ਜ਼ਰੂਰ ਹੀ ਕਰੋ। ਬਾਕੀ ਠੀਕ ਹੈ ਗਾਇਜ਼, ਮਿਲਦੇ ਹਾਂ ਆਪਾਂ ਤੁਹਾਨੂੰ ਕਿਸੇ ਨੈਕਸਟ ਵਲੋਗ ਦੇ ਵਿੱਚ। ਕੱਲ੍ਹ ਆਪਾਂ ਵਲੋਗ ਬਣਾਵਾਂਗੇ ਅਤੇ ਉਹਦੇ ਵਿੱਚ ਤੁਹਾਨੂੰ ਮਿਲਦੇ ਹਾਂ। ਸੱਚ ਇੱਕ ਵਲੋਗ ਆਪਣਾ ਅੱਜ ਵਾਲਾ ਵੀ ਰੈਡੀ ਪਿਆ ਆ ਅਤੇ ਉਹ ਵੀ ਆਪਾਂ ਬਸ ਸਵੇਰੇ ਪੋਸਟ ਕਰ ਦੇਣਾ ਆ ਅਤੇ ਉਹ ਵੀ ਦੇਖਿਓ। ਅਤੇ ਜਿਨ੍ਹਾਂ ਨੇ ਪਹਿਲੇ ਵਲੋਗ ਨਹੀਂ ਦੇਖੇ ਉਹ ਵੀ ਦੇਖਿਓ ਅਤੇ ਵਲੋਗਾਂ ਨੂੰ ਪਿਆਰ ਦਿਓ। ਸੋ ਬਾਏ ਬਾਏ, ਟੇਕ ਕੇਅਰ। Talking like Miley.